ਭੈਣ ਚੋ ਦੀ ਗਰੀਬੀ ਕੱਢਣ ਆਏ ਸੀ ਭੈਣ ਚੋ, ਪਰ ਗਰੀਬੀ ਤਾਂ ਚਲੋ ਮੈਂ ਕੱਢ ਦੇਣੀ ਸੀਗੀ, ਇੱਕ ਸਾਲ ਦੋ ਸਾਲ ਲੱਗ ਜਾਣਾ ਸੀ, ਮੇਰਾ ਕਰਜ਼ਾ ਕੁਰਜ਼ਾ ਉਤਰ ਜਾਣਾ ਸੀਗਾ। ਵੀਡੀਓ ਜਿੱਥੇ ਤੱਕ ਪੰਜਾਬ ਦੀ ਪੰਜਾਬ ਮੋਦੀ ਨੂੰ ਕਹਿੰਦਾ, ਮੋਦੀ ਨੇ ਹੀ ਹੱਲ ਕਰਨਾ ਕੋਈ ਕਰਨਾ ਤਾਂ, ਜਾਂ ਭਗਵੰਤ ਮਾਨ ਨੇ ਕਰਨਾ। ਮਾੜਾ ਵਕਤ ਬੰਦੇ 'ਤੇ ਦੱਸ ਕੇ ਨਹੀਂ ਆਉਂਦਾ, ਅਤੇ ਮਾੜੇ ਵਕਤ ਦੇ ਵਿੱਚ ਹੀ ਬੰਦਾ ਹੀ ਬੰਦੇ ਦਾ ਤਾਰੂ ਹੁੰਦਾ ਕਹਿੰਦੇ ਆ। ਅੱਜ ਇਹ ਨੌਜਵਾਨ ਘਰ ਦੀ ਗਰੀਬੀ ਚੱਕਣ ਗਿਆ, ਬਹੁਤ ਮਾੜੀ ਸਥਿਤੀ ਦੇ ਵਿੱਚ ਫਸਿਆ ਹੋਇਆ ਆ। ਇਹ ਨੌਜਵਾਨ ਕ੍ਰੋਏਸ਼ੀਆ ਦੇਸ਼ ਪੈਂਦਾ, ਜਦੋਂ ਇਹ ਵੀਡੀਓ ਆਈ ਉਸ ਤੋਂ ਬਾਅਦ ਮੈਂ ਸਰਚ ਕੀਤੀ ਅਤੇ ਪਤਾ ਲੱਗਾ ਕਿ ਇਹ ਆਸਟ੍ਰੇਲੀਆ ਦੇ ਕੋਲ ਦੇਸ਼ ਪੈਂਦਾ। ਜਨਵਰੀ ਦੇ ਵਿੱਚ ਹੀ ਉੱਥੇ ਗਿਆ ਸੀ, ਜਾਂਦੇ ਨੂੰ ਕੰਮ ਵੀ ਮਿਲ ਗਿਆ, ਪਰ ਮਾੜੀ ਕਿਸਮਤ ਨੂੰ ਮੁੰਡੇ ਦੀ ਬਾਂਹ ਉੱਥੇ ਟੁੱਟ ਜਾਂਦੀ ਆ ਤਿੰਨ ਚਾਰ ਜਗ੍ਹਾ ਤੋਂ। ਸੋ ਅੱਜ ਮੁੰਡਾ ਕ੍ਰੋਏਸ਼ੀਆ ਦੇ ਕਾਰਲੇਵ ਸ਼ਹਿਰ ਦੇ ਹੌਸਪੀਟਲ ਦੇ ਵਿੱਚੋਂ ਇਹ ਵੀਡੀਓ ਸ਼ੇਅਰ ਕਰ ਰਿਹਾ, ਜਿਸ ਦੇ ਵਿੱਚ ਉਹ ਰੋ ਕੇ ਆਪਣੀ ਵਿਥਿਆ ਸੁਣਾ ਰਿਹਾ ਕਿ ਮੇਰੇ ਚਾਰ ਪੰਜ ਬੋਤਲਾਂ ਖੂਨ ਦੀਆਂ ਲੱਗਦੀਆਂ, ਉਨਾ ਖੂਨ ਮੇਰਾ ਬਾਹਰ ਨਿਕਲੀ ਜਾਂਦਾ। ਮੈਂ ਪਰਿਵਾਰ ਨੇ, ਇਸ ਮੁੰਡੇ ਨੇ ਵੀ ਕੋਸ਼ਿਸ਼ ਕੀਤੀ ਆ ਕਿ ਕਿਸੇ ਤਰ੍ਹਾਂ ਭਗਵੰਤ ਮਾਨ ਤੱਕ ਵੀ ਪਹੁੰਚ ਕੀਤੀ ਜਾ ਸਕੇ, ਪਰ ਭਗਵੰਤ ਮਾਨ ਹੋਣਾ ਤੱਕ ਕਹਿੰਦੇ ਪਹੁੰਚ ਨਹੀਂ ਹੋ ਸਕੀ। ਸੋ ਮੁੰਡੇ ਨੇ ਨਰਿੰਦਰ ਮੋਦੀ ਹੋਣਾ ਤੱਕ ਅਤੇ ਭਗਵੰਤ ਮਾਨ ਹੋਣਾ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਆ, ਆਪਣੀ ਵੀਡੀਓ ਦੇ ਰਾਹੀਂ ਰੋ ਕੇ ਆਪਣੀ ਵਿਥਿਆ ਸੁਣਾਈ ਆ। ਜਦੋਂ ਕਿਤੇ ਬੰਦਾ ਇੱਦਾਂ ਫਸਦਾ ਨਾ, ਤਾਂ ਉਸਦੇ ਕੋਲ ਇੱਕ ਹਥਿਆਰ ਹੁੰਦਾ ਕਿ ਉਹ ਆਪਣੇ ਭਾਈਚਾਰੇ ਤੱਕ ਗੱਲ ਪਹੁੰਚਾ ਦੇਵੇ ਅਤੇ ਸ਼ਾਇਦ ਕੋਈ ਉਸਦਾ ਸਾਥ ਦੇ ਸਕੇ। ਸੋ ਜੇ ਇਸ ਮੁੰਡੇ ਬਾਰੇ ਕੋਈ ਵਾਧੂ ਜਾਣਕਾਰੀ ਹੋਵੇ ਉਹ ਵੀ ਜ਼ਰੂਰ ਸ਼ੇਅਰ ਕਰਿਓ, ਕੋਈ ਨੰਬਰ ਹੋਵੇ ਜਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਰਕਾਰ ਤੱਕ ਗੱਲ ਪਹੁੰਚ ਸਕੇ ਅਤੇ ਮੁੰਡੇ ਦੀ ਉੱਥੇ ਮਦਦ ਹੋ ਸਕੇ। ਕਿਉਂਕਿ ਮੁੰਡਾ ਆਮ ਘਰ ਤੋਂ ਲੱਗਦਾ ਜੋ ਹਾਲਾਤ ਦਿਸ ਰਹੇ ਆ, ਅਤੇ ਬਹੁਤ ਜ਼ਿਆਦਾ ਮਨ ਟੁੱਟਿਆ ਹੋਇਆ ਮੁੰਡੇ ਦਾ, ਕਿਉਂਕਿ ਬਗਾਨਾ ਦੇਸ਼ ਆ, ਬਗਾਨੇ ਦੇਸ਼ ਦੇ ਵਿੱਚ ਜਦੋਂ ਸਰੀਰ 'ਤੇ ਬਿਪਤਾ ਪੈ ਜਾਂਦੀ ਆ ਅਤੇ ਹਰ ਇੱਕ ਬੰਦਾ ਹੀ ਉੱਥੇ ਆਪਣ ਦਾ ਆਪਣੇ ਕੰਮਾਂ ਦੇ ਵਿੱਚ ਫਸੇ ਆ ਲੋਕ। ਜਿਵੇਂ ਵੀਡੀਓ ਦੇ ਵਿੱਚ ਵੀ ਮੁੰਡਾ ਦੱਸਦਾ ਕਿ ਹਰ ਇੱਕ ਜਿਹੜੇ ਨੌਜਵਾਨ ਕੋਈ ਮਿਲਣ ਵੀ ਆਉਣਾ ਚਾਹੁੰਦੇ ਆ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ। ਸੋ ਇਕੱਲਤਾ ਦੇ ਦੌਰ ਦੇ ਵਿੱਚ ਬਹੁਤ ਮਾੜੀ ਸਥਿਤੀ ਦੇ ਵਿੱਚ ਬਹੁਤ ਟੁੱਟਿਆ ਹੋਇਆ ਆ ਨੌਜਵਾਨ ਇਸ ਵਕਤ। ਸੋ ਲੋੜ ਆਪਣੀ ਫਰਜ਼ ਬਣਦਾ ਸਾਡਾ ਕਿ ਜਦੋਂ ਬੰਦਾ ਫਸਿਆ ਹੀ ਆਪਣੇ ਭਾਈਚਾਰੇ ਤੱਕ ਬੰਦਾ ਹੈਲਪ ਦੀ ਜਿਹੜੀ ਉਹ ਗੁਹਾਰ ਲਗਾਉਂਦਾ ਜਾਂ ਮਦਦ ਦੀ ਗੁਹਾਰ ਲਗਾਉਂਦਾ ਕਿ ਮੇਰੇ ਭਾਈਚਾਰੇ ਤੱਕ ਗੱਲ ਕਿਸੇ ਤਰ੍ਹਾਂ ਪਹੁੰਚ ਜਾਵੇ ਅਤੇ ਮੇਰਾ ਭਾਈਚਾਰਾ ਮੇਰੇ ਨਾਲ ਖੜ ਜਾਵੇ। ਸੋ ਇਸ ਕਰਕੇ ਮੁੰਡਾ ਬਹੁਤ ਵਾਰੇ ਗੱਲ ਕਹਿੰਦਾ ਕਿ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਮੇਰੀ ਗੱਲ ਉੱਪਰ ਤੱਕ ਪਹੁੰਚ ਸਕੇ, ਅਤੇ ਕੋਈ ਜਾਣਕਾਰੀ ਹੋਵੇ ਇਸ ਮੁੰਡੇ ਬਾਰੇ ਜਾਂ ਮੁੰਡਾ ਕਿਤੇ ਦੇਖਦਾ ਹੋਵੇ ਤਾਂ ਜ਼ਰੂਰ ਜਿਹੜਾ ਆਪਣਾ ਨੰਬਰ ਦੇਵੇ ਤਾਂ ਜੋ ਮੁੰਡੇ ਤੱਕ ਆਪਾਂ ਸਿੱਧੀ ਪਹੁੰਚ ਵੀ ਕਰਕੇ ਜੋ ਵੀ ਹੋ ਸਕੇ ਮੁੰਡੇ ਦੀ ਹੈਲਪ ਕੀਤੀ ਜਾ ਸਕੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਮੇਰੀ ਵੀਡੀਓ ਸ਼ੇਅਰ ਕਰੋ। ਮੈਂ 15 ਜਨਵਰੀ 2024 ਨੂੰ ਮੈਂ ਕ੍ਰੋਏਸ਼ੀਆ ਦੇ ਵਿੱਚ ਆਇਆ ਸੀਗਾ ਵੀਰੇ ਮੈਂ 15 ਮਈ 2024 ਨੂੰ ਕ੍ਰੋਏਸ਼ੀਆ ਦੇ ਵਿੱਚ ਆਇਆ ਸੀ ਮੇਰੇ 15 ਜਨਵਰੀ 2024 ਨੂੰ ਕ੍ਰੋਏਸ਼ੀਆ ਦੇ ਵਿੱਚ ਆਇਆ ਸੀ। 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ 2:10 ਵਾਲੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗ ਗਈ, ਮੈਂ ਪੌੜੀ ਤੋਂ ਡਿੱਗਿਆ ਵੀਰੇ, ਮੇਰੇ ਬਾਂਹ ਦੇ ਟੋਟੇ ਹੋ ਗਏ, ਮੇਰੀ ਬਾਂਹ ਦੇ ਵਿੱਚ ਪਲੇਟਾਂ ਪਾਈ ਜਾਂਦੇ ਵੀਰੇ, ਪਰ ਇਹਨਾਂ ਤੋਂ ਇਲਾਜ ਨਹੀਂ ਸਹੀ ਹੋ ਰਿਹਾ। ਮੈਂ ਕ੍ਰੋਏਸ਼ੀਆ ਦੇ ਵਿੱਚ ਹਾਂ, ਜਿੱਦਾਂ ਸਾਨੂੰ ਦਿੱਲੀ ਲੱਗਦਾ ਇਹਨਾਂ ਨੂੰ ਜਗਰੇਬ ਆ, ਜਿੱਦਾਂ ਸਾਨੂੰ ਹੁਸ਼ਿਆਰਪੁਰ ਪੰਜਾਬ ਲੱਗਦਾ ਉੱਦਾਂ ਇਹਨਾਂ ਨੂੰ ਕਾਰਲਵਾਸ ਸਿਟੀ ਲੱਗਦੀ। ਮੈਨੂੰ ਕਾਰਲਵਾਸ ਸਿਟੀ ਦੇ ਵਿੱਚ ਹੋਸਪਿਟਲ ਦੇ ਵਿੱਚ ਰੱਖਿਆ ਹੋਇਆ, ਪਲੀਜ਼ ਮੈਨੂੰ ਇੱਥੋਂ ਕੱਢ ਲਓ। ਮੇਰੇ ਘਰ ਦੇ ਸਰਕਾਰ ਤੱਕ ਵੀ ਪਹੁੰਚ ਕਰ ਕਰਕੇ ਦੇਖ ਲਈ ਉਹਨਾਂ ਨੇ, ਪਰ ਕਿਤੇ ਸੁਣਵਾਈ ਨਹੀਂ ਹੁੰਦੀ ਪਈ, ਮੈਂ ਆਪ ਵੀ ਇੱਥੋਂ
ਨੰਬਰ ਲੱਭ ਲੱਗ ਭਗਵੰਤ ਮਾਨ ਦੇ ਵੀ ਦੇਖ ਲਿਆ ਮੈਂ, ਵੀਡੀਓ ਵੀ ਪਾ ਪਾ ਕੇ ਦੇਖ ਲਈ ਗੌਰਮੈਂਟ ਵਾਲੇ ਪੇਜ 'ਤੇ, ਮੇਰੀ ਸੁਣਵਾਈ ਨਹੀਂ ਹੁੰਦੀ ਵੀ ਵੀਰੇ, ਮੈਨੂੰ ਇੰਡੀਆ ਸੱਦ ਲਓ ਵੀਰੇ ਯਾਰ, ਮੈਨੂੰ ਇੰਡੀਆ ਸੱਦ ਕੇ ਮੇਰਾ ਇਲਾਜ ਕਰਾ ਦਿਓ, ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਮੇਰਾ ਖੂਨ ਰੋਜ਼ ਹੀ ਮੇਰਾ ਖੂਨ ਵਗਦਾ, ਘੰਟੇ ਘੰਟੇ ਬਾਅਦ ਮੇਰਾ ਇੰਨਾ ਖੂਨ ਵਗਦਾ, ਮੈਨੂੰ 4 ਬੋਤਲਾਂ ਚਾੜ ਦਿੰਦੇ, 4 ਬੋਤਲਾਂ ਰੋਜ਼ ਚੜ੍ਹਦੀਆਂ, 4 ਬੋਤਲਾਂ ਰੋਜ਼ ਚੜ੍ਹਦੀਆਂ, 4 ਬੋਤਲਾਂ ਰੋਜ਼ ਚੜ੍ਹਦੀਆਂ, 4 ਬੋਤਲਾਂ ਮੇਰੀਆਂ ਰੋਜ਼ ਉੱਤਰ ਜਾਂਦੀਆਂ, ਹੁਣ ਵੀ ਮੈਨੂੰ ਚੱਕਰ ਆਈ ਜਾਂਦੇ ਆ, ਮੈਂ ਪਤਾ ਨਹੀਂ ਵੀਰੇ ਕਿੱਦਾਂ ਵੀਡੀਓ ਬਣਾ ਕੇ ਤੁਹਾਨੂੰ ਪਾ ਰਿਹਾ, ਮੇਰੇ ਹੱਥ ਜੋੜ ਕੇ ਬੇਨਤੀ ਮੇਰੇ ਲਈ ਦੁਆ ਫਰਿਆਦ ਕਰ ਲਓ, ਮੈਂ ਕਦੇ ਕਿਸੇ ਦਾ ਮਾੜਾ ਨਹੀਂ ਸਾਲਾ ਕੀਤਾ, ਮੈਂ ਇੱਥੇ ਵੀ ਬਹੁਤ ਜਾਣਿਆਂ ਨਾਲ ਖੜਿਆ, ਮੈਂ ਇੰਡੀਆ 'ਚ ਵੀ ਬਹੁਤ ਜਾਣਿਆਂ ਨਾਲ ਖੜਿਆ, ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ ਪਰ ਮੈਨੂੰ ਹੁਣ ਕਹਿਣਾ ਪੈਂਦਾ, ਪਰ ਸਾਲਾ ਮੇਰਾ ਕੋਈ ਨਹੀਂ ਖੜਿਆ ਪੈਰ 'ਚ, ਸਾਲਾ ਮੇਰਾ ਕੋਈ ਨਹੀਂ ਖੜਿਆ ਵੀਰੇ, ਪਰ ਗਰੀਬੀ ਦਾ ਚਲੋ ਮੈਂ ਕੱਢ ਦੇਣੀ ਸੀਗੀ, 1-2 ਸਾਲ ਲੱਗ ਜਾਣਾ ਸੀ, ਮੇਰਾ ਕਰਜ਼ਾ ਕੁਰਜ਼ਾ ਉੱਤਰ ਜਾਣਾ ਸੀਗਾ, ਪਰ ਮੇਰਾ ਏਜੰਟ ਗੁਰਦੀਪ ਸਿੰਘ ਨਾਲ ਨਕੋਦਰ ਦਾ ਮੈਨੂੰ ਕਹਿੰਦਾ ਸੀ ਤੂੰ ਫੋਰਕ ਲਿਫਟ ਚਲਾਏਗਾ, ਪਰ ਉਹਨੇ ਮੈਨੂੰ ਕੂੜੇ ਦੀ ਫੈਕਟਰੀ 'ਚ ਵਾੜਿਆ, ਇੱਥੇ ਗੁਰਦੀਪ ਸਿੰਘ ਨਾਲ ਬਹੁਤ ਹਰਾਮ ਦਾ ਏਜੰਟ ਆ, ਮੇਰੇ ਤੋਂ ਉਹਦੀਆਂ ਫੋਟੋਆਂ ਵੀ ਪਈਆਂ, ਬੜੇ ਔਖੇ ਕੱਟਣੇ ਸਾਲੇ, ਬਹੁਤ ਔਖੇ ਕੱਟਣੇ ਸਾਲੀ, ਪਰਦੇਸ ਹੋਣ ਦਾ ਇੱਕ ਲਾਲਚ ਸੀਗਾ ਕਿ ਘਰੋਂ ਗਰੀਬੀ ਕੱਢਣੀ ਆ, ਭੈਣ ਚੋਦ ਦੀ ਗਰੀਬੀ ਕੱਢਣ ਆਏ ਸੀ, ਭੈਣ ਚੋਦ ਦੀ ਤੇ ਗਰੀਬੀ ਨੇ ਮੇਰੀ ਭੈਣ ਦੀ ਲੱਤ ਦੇ ਤਾ, ਗਰੀਬੀ ਨੇ ਬਾਹ ਦੌੜ ਕੇ ਰੱਖਤੀ ਸਾਲੀ ਮੇਰੀ, ਮੇਰੀ ਹੈਲਪ ਕਰ ਦਿਓ ਮੇਰਾ ਭਰਾ ਬਸ ਯਾਰ, ਮੇਰੀਆਂ ਭੈਣਾਂ ਜਿੰਨੀਆਂ ਦੇਖਦੀਆਂ ਮੇਰੀਆਂ ਮਾਵਾਂ, ਮੇਰੀਆਂ ਭੈਣਾਂ ਮੇਰੀਆਂ ਮਾਵਾਂ ਜਿੰਨੀਆਂ ਦੇਖਦੀਆਂ ਮੇਰੀ ਹੈਲਪ ਕਰ ਦਿਓ, ਮੈਂ ਵੀਡੀਓ ਸ਼ੇਅਰ ਕਰ ਪਲੀਜ਼ ਹੈਲਪ ਕਰ ਦਿਓ।